ਸਾਡਾ ਯੂਟਿਊਬ ਚੈਨਲ ਦੇਖ ਰਹੇ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਬਿਲਕੁਲ ਠੀਕ ਹੋਵੋਗੇ ਤੇ ਹਾਜ਼ਰ ਹੋਏ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਰਸ਼ਨ ਕਰਾਂਗੇ ਜੀ ਸ਼ਹੀਦ ਭਾਈ ਤਾਰਾ ਸਿੰਘ ਦੀ ਵਾਂ, ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਕਰਾਂਗੇ ਦਰਸ਼ਨ ਤੇ ਨਾਲ ਹੀ ਆਪਾਂ ਤੁਹਾਨੂੰ ਉੱਥੋਂ ਦਾ ਇਤਿਹਾਸ ਦੱਸਾਂਗੇ ਤੇ ਇੱਕ ਬਹੁਤ ਹੀ ਵਧੀਆ ਇੱਥੇ ਆ ਕੇ ਸੁਣਨ ਨੂੰ ਪਤਾ ਲੱਗਾ ਬਾਬਾ ਜੀ ਉਹਨਾਂ ਕੋਲੋਂ ਵੀ ਇੱਕ ਗੁਰਦੁਆਰਾ ਸਾਹਿਬ ਟਾਹਲੀ ਸਾਹਿਬ ਵੀ ਆ ਜੋ ਕਿ ਬਿਲਕੁਲ ਖੇਤਾਂ ਦੇ ਵਿੱਚ ਪੈਂਦਾ ਹੈ, ਇੱਥੋਂ 2 ਕਿਲੋਮੀਟਰ ਦੂਰ ਆ। ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਇਸੇ ਦਰਸ਼ਨ ਕਰਾਂਗੇ, ਫਿਰ ਆਪਾਂ ਤੁਹਾਨੂੰ ਗੁਰਦੁਆਰਾ ਟਾਹਲੀ ਸਾਹਿਬ ਲੈ ਕੇ ਜਾਵਾਂਗੇ ਤੇ ਉੱਥੋਂ ਦਾ ਇਤਿਹਾਸ ਬਹੁਤ ਹੀ ਮਤਲਬ ਹੈਰਾਨ ਕਰਨ ਵਾਲਾ ਵਾ ਜਿਹੜਾ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ। ਤੇ ਜਿਹੜੇ ਵੀ ਵੀਰ ਸਾਡੇ ਚੈਨਲ ਤੇ ਆਏ ਨਵੇਂ ਉਹ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ, ਕਿਉਂਕਿ ਅਸੀਂ ਇੱਦਾਂ ਹੀ ਤੁਹਾਡੇ ਵਾਸਤੇ ਨਵੀਆਂ ਨਵੀਆਂ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ। ਸੰਗਤ ਜੀ, ਅੱਜ ਆਪਾਂ ਉਸ ਮਹਾਨ ਸ਼ਹੀਦ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ, ਉਹਨਾਂ ਦੇ ਅਸਥਾਨਾਂ ਉੱਪਰ ਦਰਸ਼ਨਾਂ ਲਈ ਪਹੁੰਚੇ ਹੋਏ ਹਾਂ ਤੇ ਨਾਲ ਹੀ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਜਿਨ੍ਹਾਂ ਦੀ ਸ਼ਹਾਦਤ ਨੇ ਸਿੱਖ ਕੌਮ ਨੂੰ ਮੁੜ ਖੜਾ ਕਰ ਦਿੱਤਾ ਅਤੇ ਸਿੱਖਾਂ ਵਿੱਚ ਫੁੱਲ ਜੋਸ਼ ਭਰ ਦਿੱਤਾ। ਸੰਗਤ ਜੀ, 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਇਹੋ ਜਿਹਾ ਦੌਰ ਆਇਆ ਕਿ ਸਿੱਖਾਂ ਨੂੰ ਇੱਕ ਇੱਕ ਪਲ ਕੱਟਣਾ ਬਹੁਤ ਹੀ ਔਖਾ ਹੋ ਰਿਹਾ ਸੀ ਤੇ ਬਾਅਦ ਵਿੱਚ ਹੋਈ ਭਾਈ ਤਾਰਾ ਸਿੰਘ ਜੀ ਵਾਂ ਦੀ ਸ਼ਹਾਦਤ ਨੇ ਇਹੋ ਜਿਹਾ ਜੋਸ਼ ਜਗਾਇਆ ਕਿ ਸਿੱਖਾਂ ਨੂੰ ਦੇਖਦੇ ਹੀ ਕਤਲ ਕਰ ਦੇਣ ਦਾ ਹੁਕਮ ਦੇਣ ਵਾਲਾ ਜ਼ਕਰੀਆ ਖਾਂ ਆਪ ਚੱਲ ਕੇ ਸਿੱਖਾਂ ਨੂੰ ਆਪਣੇ ਰਾਜ ਵਿੱਚ ਨਵਾਬੀ ਦੀ ਪੇਸ਼ਕਸ਼ ਕਰਦਾ ਹੈ। ਇਸ ਵਿਲੱਖਣ ਸ਼ਹਾਦਤ ਦਾ ਸੰਖੇਪ ਇਤਿਹਾਸ ਜਾਣਦੇ ਹਾਂ ਇਸ ਵੀਡੀਓ ਵਿੱਚ ਅਤੇ ਇਸ ਵੀਡੀਓ ਨੂੰ ਆਪਣੇ ਭੈਣ ਭਰਾਵਾਂ ਨਾਲ ਜ਼ਰੂਰ ਸ਼ੇਅਰ ਕਰੋ ਤਾਂ ਜੋ ਸਾਰੇ ਹੀ ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂ ਬਾਰੇ ਜਾਣ ਸਕਣ। ਸੰਗਤ ਜੀ, ਭਾਈ ਤਾਰਾ ਸਿੰਘ ਜੀ ਦਾ ਜਨਮ ਪਿਤਾ ਭਾਈ ਗੁਰਦਾਸ ਜੀ ਦੇ ਘਰ ਪਿੰਡ ਵਾਂ ਵਿਖੇ ਹੋਇਆ। ਆਪ ਜੀ 5 ਭਰਾ ਸਨ ਅਤੇ ਆਪ ਸਭ ਨਾਲੋਂ ਵੱਡੇ ਸਨ। ਪਿਤਾ ਭਾਈ ਗੁਰਦਾਸ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਭਾਈ ਤਾਰਾ ਸਿੰਘ ਜੀ ਨੇ ਭਾਈ ਮਣੀ ਸਿੰਘ ਜੀ ਦੇ ਜਥੇ ਤੋਂ ਅੰਮ੍ਰਿਤ ਪਾਨ ਕੀਤਾ। ਆਪ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਫੌਜ ਦੇ ਅੱਗੇ ਹੋ ਕੇ ਲੜਨ ਵਾਲੇ ਜਰਨੈਲ ਸਨ। ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹਾਦਤ ਨੂੰ 10 ਸਾਲ ਬੀਤ ਗਏ ਸਨ। ਸ਼ੁਰੂਆਤੀ ਸਾਲਾਂ ਵਿੱਚ ਤਾਂ ਜ਼ਕਰੀਆ ਖਾਨ ਨੇ ਬਹੁਤ ਸਖਤੀ ਵਿਖਾਈ, ਇੰਝ ਜਾਪਦਾ ਸੀ ਕਿ ਜਿਵੇਂ ਧਰਤੀ 'ਤੇ ਕੋਈ ਸਿੰਘ ਬਚਿਆ ਹੀ ਨਹੀਂ, ਪਰ ਸਮੇਂ ਦੇ ਨਾਲ ਨਾਲ ਇਹ ਸਖਤੀਆਂ ਵੀ ਮੱਠੀਆਂ ਪੈਣ ਲੱਗ ਗਈਆਂ। ਇਹਨਾਂ ਸਾਲਾਂ ਵਿੱਚ ਸਿੱਖਾਂ ਦੇ ਘਰ ਅਤੇ ਖੇਤ ਬੁਰੀ ਤਰ੍ਹਾਂ ਬਰਬਾਦ ਹੋ ਗਏ ਸਨ, ਪਰ ਹੁਣ ਕੁਝ ਕੁ ਸਿੱਖ ਮੁੜ ਕੇ ਆਪਣੇ ਢਹਿ ਚੁੱਕੇ ਘਰਾਂ ਨੂੰ ਮੁੜ ਉਸਾਰਨ ਲੱਗ ਪਏ ਅਤੇ ਕੋਈ ਖੇਤਾਂ ਵਿੱਚ ਜਾ ਕੇ ਅੰਨ ਉਗਾਉਣ ਦੇ ਉਪਰਾਲੇ ਕਰ ਰਿਹਾ ਸੀ। ਚਿਰਾਂ ਪਿੱਛੋਂ ਘਰਾਂ ਨੂੰ ਮੁੜੇ ਸਿੰਘਾਂ ਦੀ ਜ਼ਿੰਮੇਵਾਰੀ ਸਾਰੀ ਹੀ ਭਾਈ ਤਾਰਾ ਸਿੰਘ ਜੀ ਨੇ ਸੰਭਾਲੀ। ਭਾਈ ਤਾਰਾ ਸਿੰਘ ਜੀ ਨੇ ਪਿੰਡ ਵਾਂ ਦੇ ਬਾਹਰਲੇ ਪਾਸੇ ਇੱਕ ਵਾੜੇ ਵਰਗੀ ਜਗ੍ਹਾ ਬਣਾਈ ਹੋਈ ਸੀ। ਉਸ ਦੀ ਚਾਰਦੁਆਰੀ ਕਰਕੇ ਉਸ ਦੇ ਚਾਰੇ ਪਾਸੇ ਹੀ ਸੰਘਣੇ ਰੁੱਖ ਲਗਾਏ ਹੋਏ ਸਨ। ਜੰਗਲਾਂ ਵਿੱਚ ਲੁਕੇ ਸਿੰਘ ਜਾਂ ਚਿਰਾਂ ਪਿੱਛੋਂ ਮੁੜੇ ਸਿੰਘ ਜਦੋਂ ਵੀ ਆਉਂਦੇ, ਦਿਨ ਜਾਂ ਰਾਤ ਹੋਵੇ, ਉਹਨਾਂ ਨੂੰ ਗੁਰੂ ਕਾ ਲੰਗਰ ਤਿਆਰ ਕਰਕੇ ਛਕਾਇਆ ਜਾਂਦਾ। ਜਦੋਂ ਕਿਸੇ ਵੀ ਸਿਰ ਹਕੂਮਤ ਦਾ ਨਸ਼ਾ ਚੜਿਆ ਹੋਵੇ, ਉਹਨਾਂ ਲਈ ਮੁਲਜ਼ਮਾਂ ਨੂੰ ਉਜਾੜਨਾ ਅਤੇ ਤੜਫਾਉਣਾ ਵੀ ਇੱਕ ਖੇਡ ਜਿਹੀ ਹੀ ਬਣ ਜਾਂਦੀ ਹੈ। ਇੱਦਾਂ ਦਾ ਹੀ ਇੱਕ ਜ਼ਾਲਮ ਸੀ ਚੌਧਰੀ ਸਾਹਿਬ ਰਾਏ। ਉਹ ਆਪਣੇ ਘੋੜੇ ਕਦੇ ਵੀ ਬੰਦਾ ਨਹੀਂ ਸੀ, ਉਸ ਦੇ ਆਜ਼ਾਦ ਘੋੜੇ ਕਿਸੇ ਦੇ ਵੀ ਖੇਤ ਵਿੱਚ ਜਾ ਕੇ ਉਹਨਾਂ ਦੀਆਂ ਫਸਲਾਂ ਉਜਾੜਦੇ ਹੀ ਰਹਿੰਦੇ ਸਨ। ਇਲਾਕੇ ਦੇ 2 ਸਿੰਘ ਭਾਈ ਮਾਲੀ ਸਿੰਘ ਅਤੇ ਭਾਈ ਗੁਰਬਖਸ਼ ਸਿੰਘ ਜੀ ਕੁਝ ਕੁ ਸਿੰਘਾਂ ਨੂੰ ਨਾਲ ਲੈ ਕੇ ਚੌਧਰੀ ਦੇ ਕੋਲ ਪੁੱਜੇ ਅਤੇ ਸਤਿਕਾਰਯੋਗ ਬੇਨਤੀ ਕੀਤੀ ਕਿ ਚੌਧਰੀ ਸਾਹਿਬ, ਕਿਰਪਾ ਕਰਕੇ ਤੁਸੀਂ ਆਪਣੀਆਂ ਘੋੜੀਆਂ ਨੂੰ ਬੰਨ੍ਹ ਕੇ ਰੱਖੋ। ਹੰਕਾਰਿਆ ਚੌਧਰੀ ਅੱਗੋਂ ਬੋਲਿਆ ਕਿ ਮੈਂ ਕਿਵੇਂ ਬੰਨ੍ਹ ਲਵਾਂ, ਮੇਰੇ ਕੋਲ ਤਾਂ ਰੱਸੇ ਹੀ ਨਹੀਂ ਹਨ ਬੰਨ੍ਹਣ ਲਈ। ਸਿੰਘਾਂ ਨੇ ਕਿਹਾ, ਚੌਧਰੀ ਜੀ ਤੁਸੀਂ ਘੋੜੀਆਂ ਬੰਨ੍ਹਣ ਦੀ ਗੱਲ 'ਤੇ ਪ੍ਰਵਾਨ ਕਰੋ, ਰੱਸੇ ਅਸੀਂ ਤੁਹਾਨੂੰ ਆਪ ਲਿਆ ਕੇ ਦਿੰਦੇ ਹਾਂ। ਚੌਧਰੀ ਬੋਲਿਆ, ਬਜ਼ਾਰੀ ਰੱਸਿਆਂ ਨਾਲ ਤਾਂ ਮੇਰੀਆਂ ਘੋੜੀਆਂ ਦੀਆਂ ਲੱਤਾਂ ਛਿੱਲੀਆਂ ਜਾਣਗੀਆਂ। ਸਿੰਘ ਕਹਿੰਦੇ, ਫਿਰ ਕਿਹੋ ਜਿਹੇ ਰੱਸੇ ਚਾਹੀਦੇ ਹਨ? ਚੌਧਰੀ ਬੇਸ਼ਰਮੀ ਨਾਲ ਹੱਸਦਾ ਹੋਇਆ ਬੋਲਿਆ, ਤੁਹਾਡੇ ਕੋਮਲ ਅਤੇ ਮੁਲਾਇਮ ਕੇਸ ਕੱਟ ਕੇ, ਉਹਨਾਂ ਦੀਆਂ ਰੱਸੀਆਂ ਵੱਟ ਕੇ,
ਤੇ ਉਹਨਾਂ ਨਾਲ ਘੋੜੀਆਂ ਬੰਨਿਆ ਕਰਾਂਗਾ। ਫਸਲਾਂ ਦੀ ਗੱਲ ਤਾਂ ਪਿੱਛੇ ਰਹਿ ਗਈ, ਪਰ ਜਦੋਂ ਗੱਲ ਸਿੱਖਾਂ ਦੀ ਸਿੱਖੀ 'ਤੇ ਆ ਜਾਵੇ ਤਾਂ ਸਿੰਘ ਵੈਰੀ ਨੂੰ ਸਬਕ ਸਿਖਾਉਣਾ ਵੀ ਚੰਗੀ ਤਰ੍ਹਾਂ ਜਾਣਦੇ ਹਨ। ਪਰ ਇਸ ਸਮੇਂ ਸਿੰਘ ਮਜਬੂਰ ਸਨ ਕਿਉਂਕਿ ਉਹ ਸ਼ਾਂਤ ਦੂਤ ਬਣ ਕੇ ਉਸ ਨਾਲ ਗੱਲ ਕਰਨ ਲਈ ਗਏ ਸਨ। ਜਦੋਂ ਇਹ ਗੱਲ ਤਾਰਾ ਸਿੰਘ ਜੀ ਨੂੰ ਪਤਾ ਲੱਗੀ ਤਾਂ ਉਹਨਾਂ ਇੱਕ ਸਲਾਹ ਬਣਾਈ। ਫਿਰ ਅਗਲੇ ਦਿਨ ਜਦ ਘੋੜੀਆਂ ਖੇਤਾਂ ਵਿੱਚ ਆਈਆਂ ਤਾਂ ਭਾਈ ਅਮਰ ਸਿੰਘ ਜੀ ਅਤੇ ਭਾਈ ਬਘੇਲ ਸਿੰਘ ਜੀ ਨੇ ਘੋੜੀਆਂ ਫੜ ਕੇ ਪਟਿਆਲੇ ਦੇ ਭਾਈ ਅੱਲਾ ਸਿੰਘ ਜੀ ਨੂੰ ਵੇਚ ਦਿੱਤੀਆਂ। ਸਿੰਘਾਂ ਦਾ ਕਿਰਦਾਰ ਉਸ ਸਮੇਂ ਬਹੁਤ ਹੀ ਉੱਚਾ ਸੀ। ਉਹਨਾਂ ਨੇ ਉਹ ਪੈਸੇ ਸਗੋਂ ਕੋਲ ਨਹੀਂ ਰੱਖੇ, ਸਗੋਂ ਸਾਰੀ ਮਾਇਆ ਹੀ ਭਾਈ ਤਾਰਾ ਸਿੰਘ ਜੀ ਦੇ ਲੰਗਰਾਂ ਵਿੱਚ ਪਵਾ ਦਿੱਤੀ। ਜਦੋਂ ਇਸ ਗੱਲ ਦਾ ਪਤਾ ਚੌਧਰੀ ਸਾਹਿਬ ਰਾਏ ਨੂੰ ਲੱਗਾ ਤਾਂ ਉਹ ਬੁਰੀ ਤਰ੍ਹਾਂ ਗੁੱਸੇ ਵਿੱਚ ਆ ਗਿਆ। ਉਸ ਨੂੰ ਘੋੜੀਆਂ ਚੋਰੀ ਕਰਨ ਵਾਲੇ ਲੱਭਣ ਵਿੱਚ ਬਹੁਤ ਹੀ ਕੋਈ ਅਖਿਆਈ ਨਾ ਹੋਈ। ਉੱਧਰ ਸਿੰਘ ਭਾਈ ਬਘੇਲ ਸਿੰਘ ਅਤੇ ਭਾਈ ਗੁਰਬਖਸ਼ ਸਿੰਘ ਜੀ ਨੇ ਭਾਈ ਤਾਰਾ ਸਿੰਘ ਜੀ ਦੇ ਵਾੜੇ ਵਿੱਚ ਪਨਾਹ ਲਈ, ਕਿਉਂਕਿ ਉਸ ਸਮੇਂ ਇਸ ਤੋਂ ਵੱਧ ਸੁਰੱਖਿਅਤ ਜਗ੍ਹਾ ਕੋਈ ਹੋਰ ਨਹੀਂ ਸੀ। ਪਤਾ ਲੱਗਣ 'ਤੇ ਸਾਹਿਬ ਰਾਏ ਆਪਣੇ 8-10 ਸਿਪਾਹੀਆਂ ਨਾਲ ਭਾਈ ਵਾਂ ਜੀ ਦੇ ਟਿਕਾਣੇ 'ਤੇ ਪਹੁੰਚਿਆ ਅਤੇ ਲਲਕਾਰ ਕੇ ਕਹਿੰਦਾ, ਚੁੱਪ ਕਰਕੇ ਮੇਰੀ ਘੋੜੀਆਂ ਦੇ ਚੋਰ ਮੇਰੇ ਹਵਾਲੇ ਕਰ ਦਿਓ, ਨਹੀਂ ਤਾਂ ਤੈਨੂੰ ਵੀ ਇਸ ਦੀ ਬਰਾਬਰ ਸਜ਼ਾ ਦਿੱਤੀ ਜਾਵੇਗੀ। ਅੱਗਿਓਂ ਭਾਈ ਤਾਰਾ ਸਿੰਘ ਜੀ ਫਰਮਾਏ ਕਿ ਪਹਿਲੀ ਤਾਂ ਗੱਲ, ਅਸੀਂ ਘੋੜੀਆਂ ਚੋਰੀ ਨਹੀਂ ਕੀਤੀਆਂ, ਤੇਰੇ ਬੰਦਿਆਂ ਕੋਲੋਂ ਖੋਈਆਂ ਹਨ, ਅਤੇ ਦੂਜੀ ਗੱਲ, ਜ਼ੁਲਮ ਕਰਨ ਵਾਲਾ ਗੁਨਾਹਗਾਰ ਹੁੰਦਾ ਹੈ, ਉਸ ਨੂੰ ਠੱਲ ਪਾਉਣ ਵਾਲਾ ਨਹੀਂ। ਸਾਹਿਬ ਰਾਏ ਉਹਨਾਂ ਨੂੰ ਸਬਕ ਤਾਂ ਸਿਖਾਉਣਾ ਚਾਹੁੰਦਾ ਸੀ, ਪਰ ਉਸ ਨੂੰ ਪਤਾ ਸੀ ਕਿ 8-10 ਬੰਦਿਆਂ ਨਾਲ ਉਸ ਦੀ ਗੱਲ ਨਹੀਂ ਬਣਨੀ। ਇਸ ਲਈ ਉਹ ਪਿੱਛੇ ਮੁੜ ਗਿਆ ਅਤੇ ਮਦਦ ਲੈਣ ਲਈ ਸਿੱਧਾ ਪੱਟੀ ਦੇ ਚੌਧਰੀ ਕੋਲ ਪਹੁੰਚਿਆ। ਇਹ ਸਰਕਾਰੀ ਪਿਆਦੇ ਪਹਿਲੇ ਹੀ ਸਿੰਘਾਂ ਨਾਲ ਖਾਰ ਰੱਖਦੇ ਸੀ ਅਤੇ ਹਕੂਮਤ ਕੋਲੋਂ ਸੁਗਾਤਾਂ ਲੈਣ ਦੇ ਬਹਾਨੇ ਲੱਭਦੇ ਰਹਿੰਦੇ ਸੀ। ਇਸ ਲਈ ਉਹ ਵੀ ਝਟਪਟ ਤਿਆਰ ਹੋ ਗਿਆ। ਉਹ ਆਪਣੇ ਭਤੀਜਿਆਂ ਨੂੰ ਨਾਲ ਲੈ ਕੇ 50-60 ਬੰਦਿਆਂ ਨੇ ਮੂੰਹ ਹਨੇਰੇ ਹੀ ਸਿੰਘਾਂ ਉੱਤੇ ਹਮਲਾ ਕਰਨ ਦੀ ਜੁਗਤ ਬਣਾਈ। ਜਦੋਂ ਤੜਕੇ ਹਮਲਾ ਕਰਨ ਲਈ ਅੱਗੇ ਵਧੇ ਤਾਂ ਇਹਨਾਂ ਦਾ ਸਾਹਮਣਾ ਇਕੱਲੇ ਸਿੱਖ ਭਾਈ ਬਘੇਲ ਸਿੰਘ ਨਾਲ ਹੋਇਆ। ਭਾਈ ਸਾਹਿਬ ਨੇ ਜਦ ਘੋੜਿਆਂ ਦੀ ਪੈੜ ਦੀ ਆਵਾਜ਼ ਸੁਣੀ ਤਾਂ ਸੋਚਿਆ ਕਿ ਪਹਿਲਾਂ ਜਾ ਕੇ ਸਿੰਘਾਂ ਨੂੰ ਦੱਸਾਂ, ਪਰ ਫਿਰ ਉਹਨਾਂ ਸੋਚਿਆ ਕਿ ਮੈਂ ਇਹਨਾਂ ਦਾ ਸਾਹਮਣਾ ਕਰਦਾ ਹਾਂ। ਜਦੋਂ ਸ਼ਮਸ਼ੀਰਾਂ ਖੜਕੀਆਂ ਅਤੇ ਗੋਲੀ ਚੱਲਣ ਦੀਆਂ ਆਵਾਜ਼ ਆਈ, ਸਿੰਘਾਂ ਨੂੰ ਤਾਂ ਆਪੇ ਹੀ ਪਤਾ ਲੱਗ ਜਾਵੇਗਾ। ਭਾਈ ਬਘੇਲ ਸਿੰਘ ਜੀ ਨੇ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਦੁਸ਼ਮਣ ਫੌਜ ਵਿੱਚ ਭਾਜੜ ਮਚਾ ਦਿੱਤੀ। ਬੰਦੂਕ ਦੀ ਇੱਕ ਜ਼ੋਰਦਾਰ ਆਵਾਜ਼ ਆਈ, ਜਿਸ ਦੀ ਗੋਲੀ ਆ ਕੇ ਭਾਈ ਬਘੇਲ ਸਿੰਘ ਜੀ ਦੇ ਪੱਟ ਵਿੱਚ ਲੱਗੀ। ਪਰ ਗੁਰੂ ਜੀ ਦਾ ਸਿੰਘ ਕਿੱਥੇ ਰੁਕਣ ਵਾਲਾ ਸੀ? ਜਦੋਂ ਤੱਕ ਬਾਕੀ ਸਿੰਘ ਆਵਾਜ਼ ਸੁਣ ਕੇ ਵਾੜੇ ਵਿੱਚੋਂ ਬਾਹਰ ਆਏ ਤਾਂ ਉਸ ਟਾਈਮ ਤੱਕ ਦੁਸ਼ਮਣਾਂ ਦੀਆਂ 30 ਲਾਸ਼ਾਂ ਇਕੱਲੇ ਬਘੇਲ ਸਿੰਘ ਨੇ ਹੀ ਵਿਛਾ ਦਿੱਤੀਆਂ ਸੀ। ਜਦੋਂ ਬਾਕੀ ਸਿੰਘ ਵੀ ਮੈਦਾਨ ਵਿੱਚ ਆਏ ਤਾਂ ਦੁਸ਼ਮਣ ਫੌਜ ਨੂੰ ਭਾਜੜਾਂ ਪੈ ਗਈਆਂ। ਭੱਜਦੇ ਹੋਏ ਦੁਸ਼ਮਣਾਂ ਨੇ ਇੱਕ ਫੈਰ ਕੀਤਾ ਜੋ ਭਾਈ ਬਘੇਲ ਸਿੰਘ ਜੀ ਦੀ ਛਾਤੀ ਵਿੱਚ ਜਾ ਲੱਗਾ ਅਤੇ ਉਸ ਥਾਂ 'ਤੇ ਹੀ ਸ਼ਹੀਦ ਹੋ ਗਏ। ਭਾਈ ਬਘੇਲ ਸਿੰਘ ਵਾਂ ਪਿੰਡ ਦੇ ਪਹਿਲੇ ਸ਼ਹੀਦ ਹਨ। ਇਸ ਲੜਾਈ ਵਿੱਚ ਚੌਧਰੀਆਂ ਨੇ 41 ਬੰਦੇ ਮਾਰੇ ਗਏ, ਜਿਸ ਵਿੱਚ ਉਹਨਾਂ ਦਾ ਇੱਕ ਭਤੀਜਾ ਵੀ ਮੌਜੂਦ ਸੀ। ਚੌਧਰੀਆਂ ਦਾ ਦਿਮਾਗ ਫਟਿਆ ਜਾ ਰਿਹਾ ਸੀ ਕਿ ਹਕੂਮਤ ਨੂੰ ਹੁਣ ਕੀ ਜਵਾਬ ਦੇਵਾਂਗੇ। ਉਹਨਾਂ ਨੂੰ ਤਾਂ ਦੱਸਣ ਵਿੱਚ ਵੀ ਸ਼ਰਮ ਆ ਰਹੀ ਸੀ ਕਿ ਕੁਝ ਸਿੰਘਾਂ ਕੋਲੋਂ 41 ਬੰਦੇ ਮਰਵਾ ਕੇ ਆ ਗਏ। ਫਿਰ ਉਹ ਲਾਹੌਰ ਦਰਬਾਰ ਵਿੱਚ ਪਹੁੰਚੇ ਜ਼ਕਰੀਆ ਖਾਂ ਕੋਲ ਅਤੇ ਇੱਕ ਝੂਠਾ ਇਲਜ਼ਾਮ ਲਾਇਆ ਕਿ ਹਜ਼ੂਰ, ਤੁਸੀਂ ਤਾਂ ਕਹਿੰਦੇ ਹੋ ਧਰਤੀ ਉੱਪਰ ਇੱਕ ਵੀ ਸਿੱਖ ਰਹਿਣ ਨਹੀਂ ਦੇਣਾ, ਪਰ ਉੱਧਰ ਤਾਰਾ ਸਿੰਘ ਤਾਂ ਆਜ਼ਾਦ ਰਾਜ ਦਾ ਐਲਾਨ ਕਰ ਰਿਹਾ ਹੈ। ਇਹ ਵੀ ਝੂਠ ਬੋਲਿਆ ਕਿ ਵਾਂ ਦਾ ਮਾਮਲਾ ਵੀ ਤਾਰਾ ਸਿੰਘ ਹੀ ਇਕੱਠਾ ਕਰ ਰਿਹਾ ਹੈ। ਇਹ ਸੁਣ ਕੇ ਜ਼ਕਰੀਆ ਖਾਂ ਵੀ ਬਹੁਤ ਗੁੱਸੇ ਵਿੱਚ ਆ ਗਿਆ ਅਤੇ ਬੋਲਿਆ, ਮਸਲ ਕੇ ਰੱਖ ਦਿਓ ਉਹਨਾਂ ਨੂੰ। ਜ਼ਕਰੀਆ ਖਾਨ ਨੇ ਵੀ ਸੱਚ ਦਾ ਪਤਾ ਕੀਤੇ ਬਿਨਾਂ ਹੀ ਚੌਧਰੀ ਦੀਆਂ ਗੱਲਾਂ ਵਿੱਚ ਆ ਕੇ ਮੋਮਿਨ ਖਾਂ ਦੀ ਅਗਵਾਈ ਵਿੱਚ ਇੱਕ ਵੱਡੀ ਫੌਜ ਪਿੰਡ ਵਾਂ ਵੱਲ ਰਵਾਨਾ ਕਰ ਦਿੱਤੀ। 2200 ਘੋੜਸਵਾਰ, 40 ਰਹਿਗਲੇ, 5 ਹਾਥੀ, 4 ਜਮੂਰੇ। ਜਦੋਂ ਫੌਜ ਪਿੰਡ ਵਾਂ ਵਿੱਚ ਪਹੁੰਚੀ ਤਾਂ ਵਾੜੇ ਨੂੰ ਘੇਰਾ ਪਾ ਲਿਆ ਗਿਆ।
ਅੰਦਰ ਵੜਨ ਤੋਂ ਪਹਿਲਾਂ ਹੀ ਉਹਨਾਂ ਦਾ ਟਾਕਰਾ ਇੱਕ ਸਿੰਘ ਬਲਾਕਾ ਸਿੰਘ ਨਾਲ ਹੋਇਆ। ਉਹਨੇ ਵੀ ਕਈ ਸਿਪਾਹੀ ਦੁਸ਼ਮਣਾਂ ਦੇ ਢੇਰ ਕਰ ਦਿੱਤੇ ਅਤੇ ਲੜਦਾ ਲੜਦਾ ਸ਼ਹੀਦ ਹੋ ਗਿਆ। ਅੰਦਰ ਜਾਣ ਤੋਂ ਬੇਵਸ ਦੁਸ਼ਮਣੀ ਫੌਜ ਨੇ ਫਿਰ ਹਾਥੀ ਅੱਗੇ ਲਾਏ। ਜਿਉਂ ਹੀ ਹਾਥੀ ਅੱਗੇ ਵਧੇ, ਇੱਕ ਸਿੰਘ ਭੀਮ ਸਿੰਘ ਬੜੀ ਹੀ ਫੁਰਤੀ ਨਾਲ ਹਾਥੀ ਦੇ ਉੱਪਰ ਚੜ੍ਹ ਗਿਆ ਅਤੇ ਹਾਥੀ 'ਤੇ ਬੈਠੇ ਤਿੰਨ ਬੰਦਿਆਂ ਨੂੰ ਵੱਢ ਕੇ ਥੱਲੇ ਸੁੱਟ ਦਿੱਤਾ ਅਤੇ ਹਾਥੀ ਨੂੰ ਵੀ ਐਸਾ ਡਰਾ ਕੇ ਪਿੱਛੇ ਮੋੜਿਆ ਕਿ ਬਾਕੀ ਹਾਥੀ ਵੀ ਘਬਰਾ ਕੇ ਪਿੱਛੇ ਭੱਜ ਗਏ ਅਤੇ ਫੌਜ ਨੂੰ ਲਤਾੜਦੇ ਹੋਏ ਹਟ ਗਏ। ਮੋਮਿਨ ਖਾਂ ਵੀ ਹੈਰਾਨ ਹੋ ਰਿਹਾ ਸੀ ਕਿ ਇੰਨੀ ਵੱਡੀ ਫੌਜ ਕੇਵਲ 20-25 ਸਿੰਘਾਂ ਤੋਂ ਕਾਬੂ ਨਹੀਂ ਪਾ ਸਕੀ। ਇੰਨੇ ਨੂੰ ਭਾਈ ਤਾਰਾ ਸਿੰਘ ਜੀ ਦਾ ਮੁਕਾਬਲਾ ਤੱਕੀ ਖਾਂ ਨਾਲ ਹੋਇਆ। ਕਾਫੀ ਟਾਈਮ ਸ਼ਮਸ਼ੀਰ ਨਾਲ ਸ਼ਮਸ਼ੀਰ ਖੜਕਦੀ ਰਹੀ, ਪਰ ਤੱਕੀ ਖਾਂ ਸਾਰਾ ਲੋਹੇ ਨਾਲ ਘਿਰਿਆ ਹੋਇਆ ਸੀ। ਇਸ ਲਈ ਤਾਰਾ ਸਿੰਘ ਜੀ ਨੂੰ ਸਮਝ ਨਹੀਂ ਸੀ ਆ ਰਹੀ ਕਿ ਵਾਰ ਕਿੱਥੇ ਕੀਤਾ ਜਾਵੇ। ਇੰਨੇ ਨੂੰ ਤੱਕੀ ਖਾਂ ਨੇ ਭਾਈ ਸਾਹਿਬ ਦੇ ਘੋੜੇ 'ਤੇ ਵਾਰ ਕੀਤਾ ਤਾਂ ਤਾਰਾ ਸਿੰਘ ਡਾਵਾਂਡੋਲ ਹੋ ਗਏ। ਇਹ ਦੇਖ ਕੇ ਤੱਕੀ ਖਾਂ ਹੱਸਣ ਲੱਗ ਗਿਆ। ਭਾਈ ਤਾਰਾ ਸਿੰਘ ਜੀ ਨੇ ਸੁਨਹਿਰੀ ਮੌਕਾ ਦੇਖ ਕੇ ਬਿਜਲੀ ਦੀ ਕੜਕ ਵਾਂਗ ਤੱਕੀ ਖਾਂ ਦੇ ਮੂੰਹ ਵਿੱਚ ਹੀ ਵਰਸ਼ਾ ਦੇ ਮਾਰਿਆ। ਸੰਗਤ ਜੀ, ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ, ਇੱਕ ਪਾਸੇ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਅਤੇ ਦੂਜੇ ਪਾਸੇ ਸਿਰਫ 20-25 ਸਿੰਘ ਜਿਨ੍ਹਾਂ ਨੇ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਸ਼ਾਮ ਤੱਕ ਭਾਈ ਤਾਰਾ ਸਿੰਘ ਜੀ ਅਤੇ ਉਹਨਾਂ ਦੇ ਸਾਰੇ ਸਾਥੀ ਜੂਝਦੇ ਹੋਏ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ। ਇਹ ਸੀ ਸੰਗਤ ਜੀ ਗੁਰਦੁਆਰਾ ਭਾਈ ਤਾਰਾ ਸਿੰਘ ਜੀ ਵਾਂ ਸ਼ਹੀਦ, ਜੋ ਕਿ ਪਿੰਡ ਵਾਂ ਦੇ ਵਿੱਚ ਸੁਸ਼ੋਭਿਤ ਹੈ। ਅਤੇ ਨਾਲ ਹੀ ਸੰਗਤ ਜੀ, ਇੱਕ ਗੁਰਦੁਆਰਾ ਸਾਹਿਬ ਇੱਥੇ ਹੋਰ ਮੌਜੂਦ ਆ, ਆਪਾਂ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਉਣੇ ਆ। ਆ ਤੁਸੀਂ ਬੋਰਡ ਦੇਖ ਸਕਦੇ ਜੇ, ਗੁਰਦੁਆਰਾ ਟਾਹਲੀ ਸਾਹਿਬ ਜੀ, ਜੋ ਕਿ ਬਿਲਕੁਲ ਬਾਰਡਰ 'ਤੇ ਸਥਿਤ ਆ, 2 ਕਿਲੋਮੀਟਰ ਦੀ ਦੂਰੀ 'ਤੇ ਆ, ਉਹਦੇ ਵੀ ਆਪਾਂ ਕਰਦੇ ਹਾਂ ਦਰਸ਼ਨ। ਅਤੇ ਉੱਥੇ ਦਾ ਵੀ ਬਹੁਤ ਅਲੌਕਿਕ ਇਤਿਹਾਸ ਆ, ਉਹ ਵੀ ਆਪਾਂ ਤੁਹਾਡੇ ਨਾਲ ਕਰਦੇ ਹਾਂ ਸਾਂਝਾ। ਅਤੇ ਇਹ ਆ ਸੰਗਤ ਜੀ ਗੁਰਦੁਆਰਾ ਟਾਹਲੀ ਸਾਹਿਬ, ਜੋ ਤੁਸੀਂ ਦਰਸ਼ਨ ਕਰ ਰਹੇ ਹੋ, ਤੁਸੀਂ ਦੇਖ ਸਕਦੇ ਬਿਲਕੁਲ ਬਾਰਡਰ ਦੀ ਲਾਈਨ ਦੇ ਉੱਪਰ ਹੀ ਆ। ਇੱਥੋਂ ਸਿੱਧੀ ਜਿਹੜੀਆਂ ਬਾਰਡਰ ਦੀਆਂ ਤਾਰਾਂ ਉਹ ਦਿਖਦੀਆਂ ਨੇ। ਅਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਇਸ ਅਸਥਾਨ ਦਾ ਇਤਿਹਾਸ। ਇਹ ਗੁਰਦੁਆਰਾ ਬਾਬਾ ਤਾਰਾ ਸਿੰਘ ਜੀ ਟਾਹਲੀ ਸਾਹਿਬ, ਪਿੰਡ ਵਾਂ, ਤਾਰਾ ਸਿੰਘ, ਜ਼ਿਲ੍ਹਾ ਤਰਨ ਤਾਰਨ, ਸੰਨ 1970-72 ਦੀ ਯਾਦ ਵਿੱਚ ਬਣਾਇਆ ਗਿਆ। ਅੱਜ ਤੋਂ 50 ਸਾਲ ਪਹਿਲਾਂ ਇਸ ਥਾਂ 'ਤੇ ਟਾਹਲੀ ਦਾ ਬਹੁਤ ਹੀ ਪੁਰਾਣਾ ਰੁੱਖ ਸੀ। ਟਾਹਲੀ ਦੇ ਰੁੱਖ ਨੂੰ BSF ਦੇ ਜਵਾਨ ਕੱਟ ਰਹੇ ਸੀ ਤਾਂ ਇਹ ਸਥਾਨ ਪ੍ਰਗਟ ਹੋਇਆ। ਅਤੇ ਇਸ ਸਥਾਨ 'ਤੇ BSF ਵੱਲੋਂ ਹੀ ਸ਼੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾਂਦੇ ਹਨ। ਉਦੋਂ ਤੋਂ ਲੈ ਕੇ ਪਿੰਡ ਵਾਲਿਆਂ ਵੱਲੋਂ ਹਰ ਸਾਲ ਅਖੰਡ ਪਾਠ ਅਤੇ ਮੇਲਾ ਕਰਵਾਇਆ ਜਾਂਦਾ ਹੈ। ਅਤੇ ਇਸ ਸਥਾਨ 'ਤੇ ਉਦੋਂ ਤੋਂ ਲੈ ਕੇ ਅੱਜ ਤੱਕ ਕਾਰ ਸੇਵਾ ਵੀ ਚੱਲਦੀ ਆ ਰਹੀ ਹੈ ਅਤੇ ਚੱਲਦੀ ਰਹੇਗੀ। ਇਹ ਸਥਾਨ ਵਾਸਤੇ ਸੰਗਤ ਜੀ 10 ਮਰਲੇ ਜ਼ਮੀਨ ਜੋ ਸਰਦਾਰ ਜਗੀਰ ਸਿੰਘ ਪੱਤੀ ਪਾਪੜਾਂ ਦੀ ਵੱਲੋਂ ਭੇਟਾ ਕੀਤੀ ਗਈ ਸੀ, ਜਿਸ ਜਗ੍ਹਾ ਉੱਪਰ ਇਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਆ, ਤੁਸੀਂ ਦੇਖ ਸਕਦੇ, ਦਰਸ਼ਨ ਕਰ ਸਕਦੇ ਜੇ। ਅਤੇ ਇੱਥੋਂ ਸੰਗਤ ਜੀ ਬਿਲਕੁਲ ਹੀ ਬਾਰਡਰ ਦੀ ਜਿਹੜੀ ਲਾਈਨ ਆ, ਤਾਰ ਆ, ਉਹ ਲੱਗ ਗਿਆ, ਤੁਸੀਂ ਦੇਖ ਸਕਦੇ ਜੇ ਸਾਹਮਣੇ। ਬਿਲਕੁਲ ਬਾਰਡਰ ਦੇ ਉੱਪਰ ਹੀ ਸਥਿਤ ਆ ਖੇਤਾਂ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਆ। ਸਾਰੇ ਭਾਈ ਤਾਰਾ ਸਿੰਘ ਜੀ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰਨ ਆਉਂਦੇ ਆ, ਪਰ ਇੱਥੇ ਘੱਟ ਹੀ ਆਉਂਦੇ ਆ। ਅਤੇ ਆਪਾਂ ਤੁਹਾਨੂੰ ਇਸ ਸਥਾਨ ਦੇ ਵੀ ਕਰਵਾਏ ਆ ਦਰਸ਼ਨ। ਅਤੇ ਇਹ ਸੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ, ਜਿਸ ਦੇ ਵਿੱਚ ਆਪਾਂ ਤੁਹਾਨੂੰ ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂ ਵਾਲਿਆਂ ਦਾ ਇਤਿਹਾਸ ਅਤੇ ਉਹਨਾਂ ਦੇ ਸਥਾਨ ਦੇ ਕਰਵਾਏ ਆ ਦਰਸ਼ਨ। ਅਤੇ ਇਤਿਹਾਸ ਦੀ ਸਾਂਝ ਪਾਉਂਦਿਆਂ ਜੇ ਕੋਈ ਸੰਗਤ ਜੀ ਗਲਤੀ ਹੋਈ ਹੋਵੇ ਤਾਂ ਮਾਫ਼ ਕਰਨਾ। ਅਤੇ ਆਸ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੇਗੀ। ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ। ਅਤੇ ਹੁਣ ਆਪਾਂ ਤੁਹਾਨੂੰ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ।